ਜੀ ਕਿੱਦਾਂ ਜੀ ਸਾਰੇ ਠੀਕ ਠਾਕ ਜੋ ਹੋਰ ਸੁਣਾਓ ਸਭ ਵਧੀਆ ਕਾਇਮ ਜੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਤਾਂ ਕਾਇਮ ਹੈ ਤੁਸੀਂ ਸੁਣਾਓ ਕਿੱਦਾਂ ਠੀਕ ਜੋ ਇੱਕ ਤਾਂ ਅੱਜ ਸੰਡੇ ਆ ਅਤੇ ਸੰਡੇ ਜਿੱਦਾਂ ਦੱਸਿਆ ਸੀ ਤੁਹਾਨੂੰ ਅੱਗੇ ਵੀ ਬਾਬਕਾਲੇ ਸਾਹਿਬ ਜਾਂਦੇ ਹਾਂ ਅਤੇ ਅੱਜ ਬਾਬਕਾਲੇ ਸਾਹਿਬ ਫਿਰ ਚੱਲਿਆ ਮੈਂ ਠੀਕ ਹੈ ਜੀ ਅਤੇ ਅੱਜ ਹੈਪੀ ਨਹੀਂ ਜਾਊਗੀ ਨਾਲ ਮੈਂ ਜਾਊਂਗਾ ਅਤੇ ਮੇਰੇ ਨਾਲ ਚਾਰ ਪੰਜ ਮੇਰੇ ਯਾਰ ਦੋਸਤ ਆ ਉਹ ਜਾਣਗੇ ਠੀਕ ਹੈ ਜੀ ਅਤੇ ਹੋਰ ਵੀ ਸਾਨੂੰ ਥੋੜ੍ਹਾ ਕੰਮ ਸੀ ਅਤੇ ਅੱਜ ਆਹ ਵਲੋਗ ਸਟਾਰਟ ਕਰਦੇ ਹਾਂ ਸ਼ਾਮ ਦੇ 4:30 ਹੋ ਗਏ ਆ ਅਤੇ ਅਸੀਂ ਚੱਲੇ ਹਾਂ ਬਾਬਕਾਲੇ ਸਾਹਿਬ ਠੀਕ ਹੈ ਜੀ ਅਤੇ ਤੁਹਾਨੂੰ ਮਿਲਾਉਂਦੇ ਹਾਂ ਨਾਲ ਮੁੰਡਿਆਂ ਦੇ ਨਾਲ ਅਤੇ ਅੱਜ ਥੋੜ੍ਹਾ ਕਰਦੇ ਹਾਂ ਗੱਲਾਂ ਬਾਤਾਂ ਤੁਹਾਡੇ ਨਾਲ ਠੀਕ ਠੀਕ ਹੈ ਜੀ Till I get up, time is barely on our side. I don't wanna waste what's left. ਕਿੱਦਾਂ ਸਾਰੇ ਠੀਕ ਠਾਕ ਜੋ ਵਧੀਆ ਜੀ ਆਪਾਂ ਚੱਲੇ ਹਾਂ ਫਿਰ ਹੁਣ ਬਾਬਕਾਲੇ ਸਾਹਿਬ ਠੀਕ ਹੈ ਜੀ ਨਾਲੇ ਗੁਰਦੁਆਰਾ ਸਾਹਿਬ ਚੱਲੇ ਹਾਂ ਜੀ ਠੀਕ ਹੈ ਜੀ ਅਤੇ ਨਾਲੇ ਇੱਕ ਦੋ ਕੰਮ ਸੀ ਠੀਕ ਹੈ ਜੀ ਉਹ ਕਰਦੇ ਹਾਂ ਸਡੀਕਣ ਡਿਆ ਮੁੰਡਿਆਂ ਨੂੰ ਯਾਰ ਦੋਸਤ ਨੂੰ ਮੁੰਡਿਆਂ ਨੂੰ ਇੱਕ ਨੂੰ ਦੋ ਨੂੰ ਪੇਕ ਕਰਨ ਲੱਗ ਗਿਓ ਅਤੇ ਇੱਕ ਨੇ ਇੱਥੇ ਆਉਣਾ ਵਾ ਬਸ ਉਹਨੂੰ ਉਡੀਕਣ ਡਿਆ ਕਦੋਂ ਆਉਂਦਾ ਵਾ ਹਾਂਜੀ ਜੀ ਹੋਰ ਸਭ ਠੀਕ ਠਾਕ ਆ ਮੁੰਡੇ ਤੁਹਾਡੇ ਨਾਲ ਇਹਨੇ ਵੀ ਜਾਣਾ ਸੀ ਇਹਨੇ ਨਵਾਂ ਚੈਨਲ ਸ਼ੁਰੂ ਕੀਤਾ ਵਾ ਜੀ ਵਲੌਗ ਚੈਨਲ ਸ਼ੁਰੂ ਕੀਤਾ ਮੇਰੇ ਵੀਰ ਨੇ ਇਹ ਮੇਰੇ ਵੀਰ ਨੇ ਨਵਾਂ ਚੈਨਲ ਸ਼ੁਰੂ ਕੀਤਾ ਉਹ ਗੁਰਲਾਲ ਚਾਹਲ ਠੀਕ ਹੈ ਤੇ ਇਹ ਭਾਜੀ ਨੇ ਵੀ ਜਾਣਾ ਸੀ ਪਰ ਭਾਜੀ ਨੂੰ ਜ਼ਰੂਰੀ ਕੰਮ ਪੈ ਗਿਆ ਮੇਰੇ ਵੀਰ ਨੂੰ ਇਹ ਆਪਣਾ ਛੋਟਾ ਭਰਾ ਵਾ ਠੀਕ ਹੈ ਜੀ ਹੋਰ ਸੁਣਾਓ ਸਭ ਵਧੀਆ ਕਿੱਦਾਂ ਗੁਰਲਾਲ ਫਿਰ ਕੀ ਗੱਲ ਹੋ ਗਈ ਵਧੀਆ ਕਿ ਇਦਾਂ ਟ੍ਰੈਕਟਰ ਜਾ ਤਾਂ ਹੁਣ ਲੱਗੇ ਬਾਪੂ ਨੇ ਖਲਾਇਆ ਸਹੀ ਹੈ ਤੇ ਮੁੰਡੇ ਨੂੰ ਥੋੜਾ ਕੰਮ ਪੈ ਗਿਆ ਨੇ ਬੰਬੀ ਤੇ ਜਾਣਾ ਉੱਥੇ ਕੱਦੂ ਕੁੱਦੂ ਕਰਨ ਵਾਲਾ ਥੋੜਾ ਜਿਹਾ ਹਾਂਜੀ ਬਾਕੀ ਤੁਹਾਨੂੰ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਮੈਂ ਡਿਸਕ੍ਰਿਪਸ਼ਨ 'ਚ ਲਿੰਕ ਪਾ ਦੂੰਗਾ ਤੇ ਮੇਰੇ ਵੀਰ ਜ਼ਰੂਰ ਇਸ ਨੂੰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਚੱਲ ਠੀਕ ਹੈ ਸਰ ਨਹੀਂ ਆਉਣ ਡਿਆ ਆ ਇਹਨੇ ਸਾਨੂੰ ਬਹੁਤ ਜ਼ਿਆਦਾ ਵੇਟ ਕਰਾਈ ਆ ਅੱਧਾ ਘੰਟਾ ਹੋ ਗਿਆ ਸ਼ਦਾਈ ਕੀਤਿਆਂ ਨੂੰ ਇਹਨੇ ਇਹ ਮੁੰਡੇ ਵੱਲ ਵਧਾਈ ਵੀ ਬਣੀ ਆ ਵੀਰ ਨੇ ਵੱਲ ਵਧਾਈ ਬਣੀ ਆ ਇਹਨੇ ਮੁੰਡੇ ਨੇ ਵੀਰ ਨੇ ਲਿਆ ਨਵਾਂ ਮੋਟਰਸਾਈਕਲ ਠੀਕ ਹੈ ਜੀ ਤੇ ਭਾਜੀ ਵੱਲ ਪਾਰਟੀ ਤੇ ਭਾਜੀ ਨੇ ਅੱਜ ਪਾਰਟੀ ਵੀ ਕਰਨੀ ਆ ਠੀਕ ਹੈ ਉਹਦਾ ਜਾਣਾ ਤੇ ਅਸੀਂ ਇਹਦੇ ਵੀਰ ਦੇ ਮੋਟਰਸਾਈਕਲ ਤੇ ਹੀ ਯੁਵਰਾਜ ਦੇ ਤੇ ਪਰ ਫਿਰ ਅਸੀਂ ਬੰਦੇ ਜ਼ਿਆਦਾ ਹੋ ਗਏ ਤੇ ਇਸ ਕਰਕੇ ਸਾਨੂੰ ਗੱਡੀ ਤੇ ਜਾਣਾ ਪਿਆ ਬਾਕੀ ਦੂਜਿਆਂ ਨੂੰ ਪਿੱਕ ਕਰਦੇ ਹਾਂ ਤੇ ਤੁਹਾਨੂੰ ਮਿਲਾਉਂਦੇ ਉਹਨਾਂ ਨਾਲ ਵੀ ਜਿਹੜੀਆਂ ਸਾਡੀਆਂ ਖਾਸ ਗਾਤਾਂ ਵਾ ਦੂਜੀਆਂ ਸਾਡੀਆਂ ਖਾਸ ਮਿੱਤਰ ਪਿਆਰੇ ਖਲੋਤੇ ਆ ਮੇਰੇ ਵੀਰ ਠੀਕ ਆ ਭਾਜੀ ਆਹ ਸਾਡੇ ਆਹ ਭਾਜੀ ਸਾਡੇ ਕੋਚ ਸਾਹਿਬ ਆ ਗੁਰਲਾਲ ਨੇ ਭਾਜੀ ਕਰਤੀ ਆ ਨਾ ਤੇ ਮੇਰਾ ਵੀਰ ਓਏ ਦੂਜਾ ਕਿੱਥੇ ਆ ਮੂਸਲੀ ਮੂਸਲੀ ਭਾਜੀ ਬੁਖਾਰ ਚੜਿਆ ਉਹਨੂੰ ਕੱਲ ਦੀ ਵੈਕਸੀਨ ਲਵਾਈ ਆ ਬਸ ਠੀਕ ਆ ਤੇ ਆਹ ਵਾ ਮਹਾਨ ਬੰਦੇ ਜਿਹੜੇ ਪਿੱਛੇ ਬਹਿ ਗਏ ਜਿਨ੍ਹਾਂ ਨੇ ਤੁਹਾਨੂੰ ਪਹਿਲਾਂ ਹੁਣੇ ਕਿਹਾ ਸੀ ਕਿ ਖਾਸ ਬੰਦੇ ਨਾਲ ਮਿਲਾਉਂਦੇ ਆ ਯੁਵਰਾਜ ਨੂੰ ਪਤਾ ਸੀ ਕਿਹੜਾ ਵਰਡ ਯੂਜ਼ ਕੀਤਾ ਸੀ ਪਰ ਉਹ ਯੂਜ਼ ਨਹੀਂ ਕਰ ਸਕਦੇ ਹੋਰ ਫਿਰ ਕਿੱਦਾਂ ਨਵ ਵਧੀਆ ਅਰਸ਼ ਕਿੱਦਾਂ ਵਾ ਇਹ ਭਾਜੀ ਮੇਰਾ ਥੱਲੇ ਹੋ ਜਾਓ ਭਾਜੀ ਉੱਪਰ ਸਿਰ ਨਾ ਵਾਜੇ ਮੇਰਾ ਵੀਰ ਇਹਨੇ ਮੋਟਰਸਾਈਕਲ ਕਿਹੜੀ ਗੱਲੋਂ ਨਹੀਂ ਕੱਢਿਆ ਅੱਜ ਤੇਰੇ ਹਿਸਾਬ ਨਾਲ ਮੇਰਾ ਵੀਰ ਕੋਈ ਅਰਜ ਕਰੋ ਕੋਈ ਉਹ ਪਿਛਾਹ ਨੂੰ ਕਹਿ ਭਜਾਈ ਨਾ ਇਹ ਮੁੰਡਾ ਸਾਡਾ ਸੰਗਦਾ ਬਹੁਤ ਜ਼ਿਆਦਾ ਵਾ ਸੰਗ ਤੇ ਅਸੀਂ ਬੜੇ ਹਾਂ ਤੇ ਕੀ ਕਹਿਣ ਲੱਗਾ ਚਲੋ ਕੋਈ ਗੱਲ ਨਹੀਂ ਇਹ ਮੁੰਡਾ ਸਟੋਰੀਆਂ ਤੇ ਬਹੁਤ ਪਾਉਂਦਾ ਪਰ ਥੋੜਾ ਪਤਾ ਨਹੀਂ ਕੀ ਗੱਲ ਆ ਕਹਿੰਦਾ ਕਿ ਮੇਰੇ ਰਿਸ਼ਤੇਦਾਰਾਂ ਕੋਲ ਮੇਰੀ ਵੀਡੀਓ ਨਾ ਜਲ ਜੇ ਇਹ ਕਰੇ ਉਹ ਡਰਦਾ ਵਾ ਉਹ ਛੱਡ ਤੂੰ ਦੱਸ ਵੀ ਪਾਰਟੀ ਅੱਜ ਕੀ ਕਰਨੀ ਆ ਮੇਰਾ ਵੀਰ ਮੇਨ ਫੋਕਸ ਜਗਰਾਜ ਦੇ ਕਰੀਏ ਕੀ ਖਵਾਉਣਾ ਚਾਹੁੰਦਾ ਵਾ ਓਏ ਪਿੱਛੇ ਆ ਕੇ ਦੱਸ ਮੇਰਾ ਵੀਰ ਤੂੰ ਮੀਂਹ ਆ ਗਿਆ ਮੂਰਖਾ ਵੇਖ ਉਧਰ ਗਾੜੀ ਛਿੱਟਾਂ ਆ ਗਈਆਂ ਵਾ ਦੱਸ
ਕੀ ਕੋ ਭਾਜੀ ਕੀ ਪਾਰਟੀ ਕਰਨਾ ਚਾਹੁੰਦੇ ਜੇ ਦੱਸੋ ਸਾਨੂੰ ਰੱਬ ਵੀ ਖੁਸ਼ ਆ ਜਾਵੇ ਭਾਜੀ ਕੀ ਖਵਾਓਗੇ ਰੋਜ਼ ਥੋੜੇ ਦੇ ਅੱਛਾ ਥੋੜੇ ਦੇਣਾ ਅਸੀਂ ਤੇ ਤੂੰ ਯਾਰ ਮੈਨੂੰ ਕਿਹਾ ਹੁਣ ਮੈਨੂੰ ਕੋਈ ਸਟੈਂਡ ਲੱਗਾ ਹੀ ਉਹ ਕੀ ਕਹਿਣ ਲੱਗਾ ਮੈਂ ਖੁਦ ਕਹਿਣ ਲੱਗਾ ਤੇ ਸ਼ੀਸ਼ਾ ਬੰਨ ਦਿਆ ਕੀ ਉਹ ਨਹੀਂ ਦੂਸਰਾ ਨਹੀਂ ਮੇਰਾ ਵੀਰ ਦੂਸਰਾ ਆਹ ਜਿਹੜੀ ਗੱਲ ਕਹਿਣ ਲੱਗਾ ਤੂੰ ਸਾਨੂੰ ਕਿਹਾ ਸੀ ਕਿ ਪਾਰਟੀ ਕਰੂੰ ਮੈਂ ਜਾਂਦਿਆਂ ਕਰਦੇ ਨਹੀਂ ਜਗਰਾਜ ਨਹੀਂ ਕਰਦੇ ਨਹੀਂ ਚੱਕਰ ਨਹੀਂ ਜਗਰਾਜ ਡਿਆ ਤਰਲੇ ਕੱਢ ਰਹੇ ਟੋਕਨ ਗਵਾ ਬੈਠਾ ਵਾ ਮਿਲ ਗਏ ਜੀ ਜਗਰਾਜ ਕੀ ਕਿਆ ਲਗਾ ਤਰਲਿਆਂ ਦੇ ਕਿੰਨੇ ਕੁ ਤਰਲੇ ਕੀ ਕਿਹਾ ਉਹਨਾਂ ਨੂੰ ਓਏ ਦੱਸ ਓਏ ਕੀ ਕਿਹਾ ਬਾਬੇ ਨੂੰ ਜਗਰਾਜ ਉੱਥੇ ਛੱਡਤਾ ਬਾਬਾ ਵਾਲਾ ਸਿੰਘ ਚਲੋ ਉੱਥੇ ਜੋੜੇ ਨੀ ਜਮਾਂ ਹੁੰਦੇ ਉਹ ਤੇਰੀ ਜਵਾਨ ਦੇ ਮੇਰਾ ਵੀਰ ਕਿਉਂ ਆਊਗਾ ਕਿਉਂ ਨਾ ਬਾਬਾ ਪਾਲਾ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਪਾਲਾ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਕਿਹੜੀ ਦੁਕਾਨ ਤੇ ਖਾਣਾ ਵਾ ਕਿਹੜਾ ਚਾਚੀ ਤੇਰੇ ਦਾ ਕਿਹੜਾ ਮੁੰਡਾ ਭਈਆ ਹੈ ਓਏ ਕਿੰਨਾ ਯਾਰੀ ਪਾਈ ਤੂੰ ਹੁਣ ਸਤਪਾਲ ਤੋਂ ਗਿਆ ਸੀ ਤੁਹਾਡਾ
ਗੱਡੀ ਚ ਨਾ ਵਾਜੀ ਓਏ ਆ ਜਾ ਹੁਣ ਭਾਈ ਦੋ ਆਰਡਰ ਆਰਡਰ ਬੜਾ ਦੇਣਾ ਬੜਾ ਪਜੀਰੀਆ ਬੈਠਾ ਆਰਡਰ ਤੇ ਪਜੀਰੀਆ ਦੇ ਗਿਆ ਹੀ ਨਹੀਂ ਤੇ ਆਰਡਰ ਕੀ ਦੇਣਾ एक बार पा दे लगा हुए एंड ग्राउंड है उधर चल जुगराज जुगराज चल मुंह चुक पार्टी वाला बंदा साडा भज गया ते जुगराज फिर किदा जुगराज ने करती है पार्टी जिदा भी माड़ी चंगी की है मेरा वीर दे पार्टी हुण पोस्टपोन हो गई असल दे विच ये तो फॉर्मेलिटी जी की आ हुण गांह किते पाऊगा तूं की गोलियां चुकी लियोना गोलियां चुकी ओए मेरी गल सुन असियां लाया यो असी करे देता तू ओए दूजा दे शुक्रवार ते गल लै गया चार बंदे के बंदा होर भी कोई ऐड करो के भाई चार नहीं वे लो तुम अपने हिसाब ना भाई जिन्हें कहो गे उन्हें लिया भाई तुम दसना वा मुखड़े की करिए ओके जी आप हम चले पिंड घर चले बस भर गया मेरा वीर की पार्टी बहुत स्वाद गोलगप्पे गोलगप्पे ने स्वाद ही भजन स्वाद होने लगा उदो कहू मोके गोलगप्पे नी भाजी की जेब खर्चा मथा टेकन लगे ना पूरा साहब आ गए ते की कहन लगा मैनू गया के लागे कुड़ी खलोती है ए लागे खलोती ही मैं हां मेरा वीर ओरा सिर नंगा वा माड़ा जा इन इशारा मारिया मैं कह दे सिर ढक ला ते ए उन्हें थले मुंह करी जावे पता नहीं कितना मैं कह दे यार केड़ी गल बाबे घर ही आ ते कह दे मैं दूर आ मैं तो कह दे लागे आ ते ए शर्मिंदा जो के परा नू हो गया कहिंदा के नहीं यार मैं नहीं कहना कह देना पे की तू छदाइया केड़ी गल ही सेवा लेण दे तैनू चंगी गल नी कहनी किसी नूं इहने माड़ा जो मर्जी कवा लो बैठा वे बड़ा शरीफ हुंदा हुणे कोई गंडासा गंडूसा लैके गए ते पिछे पैणा होवे ना बस फिर ओह हथियार कढ लईओ हथियार कढ लईओ भाई हथियार कढ ओए भाजी हथियार किथे तुहाडे कैमरा कढ लेना दाती ना टोक दे जिन्ना मर्जी दातिया डराई जा जो गल गंडासा आ गया ना गल तो पता लगनी रॉबर्ट ने पुछ के वेखी डरदा अजे भी तो जो राह सुना कोई गल बात मेरा वीर ना बिलकुल खत्म हो गया वा सुना जगराज तो डर लगता है
बड़े सोहने तरीके लाई पहली गाड़ी देखो देखो मोटा भाई जान डिया चढ़ते उस दिन इतने निकलिया है ना तू नाल किदन नहीं मेरा सूरज वेख है वे नावा हां जी कितना पूरा सिस्टम जा सेट बैठा मौसम बढ़िया है सोहना दे बड़ा कहना तू सोहने वाला तू हो जा कोई गल नहीं तड़ा चरा हैगा हले सोहने सोहने ना वेख हले हां जी जुगराज कहता चंगा लगता वा शकल थले कर ला शकल इधर भी इधर कैमरे च होनी चाहिए तेरी शकल एंड ग्राउंड पिंड पहुंच गए बाकी बहुत वधिया व्लॉग रहा जगराज दी पार्टी बहुत वधिया रही कोई गल नहीं खलोने उत्थे दादे कुछ बोलदे जगराज बोलूगा कुछ ना कुछ अपने मुंह फुटूगा कि मरजे बोल पी मरना चाहिए होना जे ना बोलें दाती बेची पई होने ठीक है जी अज अपना हो गया जो जो जगह पार्टी भी हो गई पार्टी नहीं हुई पार्टी पोस्टपोन हो गई ठीक है जी कि अगले शुक्रवार से पार्टी पै गई गल ठीक है जी अगले शुक्रवार होर भी कितने जाना वा उदन दा करा गे भाई दी पार्टी भी करा गे ठीक है ब्लॉग भी पावांगे ठीक है भाजी बाकी अस चलो छड्डो करो ओके जी सारे सत श्री अकाल टाटा बाय थैंक यू सो मच बहुत वधिया दर्शन होए बाय जी ठीक है जी।